प्रेम दा टकन को पत मेरी दाना बिना साई मेंडा सार न जाना तेरी दिता सार न जाना टकन को पत मेरी तैंडे सिमरन हब को चल दम तैंडे सिमरन बिखम न डिठम कोई दिता जी बिखम न डिठम कोई दिता जस पथ रखे सच्चा साहिब नानक मेट ना सके कोई टकन को पथ मेरी जपो ज्ञान ध्यान कुछ ज्ञान ध्यान सार न जाना तेरी सार न जाना तेरी सब ते वड्डा सतगुर नानक जिन कल राखी मेरी जिन कल राखी मेरी जपो टकन को पत मेरी सतनाम श्री वाहिगुरु साहिब जी ओ सोरठ महला पंजवा कर दूजा मात गर्भ में आपन सिमरन दे तै तुम राखन हारे पावक सागर अथाह लहर में तारो तारण हारे मात गर्भ में अपन सिमरन दे तै तुम रखन हारे पावक सागर अथा लहर में तारो तारण हारे माधो तू ठाकर सिर मोरा इहां उहां तुहारो तोरा रहाओ कीते को मेरे समाने कर्ण हार त्रै जाने तू दाता मंगन को सगली दान दे प्रपाने खिन में अवर खिने में अवरा अचर्ज चलत तुम्हारे रूड़ो गूड़ो गैर गमीरो ऊंचो अगमा पारे साध संग जो तुम्हें मलायो तो सुने तुम्हारी बाणी आनंद पिया पेकत ही नानक प्रताप पुरख निर्बाणी साध संग जो तुम्हें मलायो तो सुने तुम्हारी बाणी आनंद पिया पेकत ही नानक प्रताप पुरख निर्बाणी प्रताप पुरख निर्बाणी वाहेगुरु जी का प्यारे सत्संग जीओ गुरु साहब ने सोरठ महला पंजवा घर दूजा
ਸੋਰਠ ਰਾਗ ਵਿੱਚ ਗੁਰੂ ਸਾਹਿਬ ਨੇ ਧੰਨ ਗੁਰੂ ਪੰਜਵੇਂ ਪਾਤਸ਼ਾਹ ਨੇ ਆਪਣੇ ਦੋ ਵਿਚਾਰ ਲਿਖੇ ਨੇ ਇਸ ਆਪਣੇ ਸੂਖਮ ਸਰੀਰ ਅਤੇ ਆਪਣੇ ਘਰ ਦੇ ਅੰਦਰ। ਇੱਕ ਤਾਂ ਮਾਤਾ ਦੇ ਗਰਭਾਸ ਦੇ ਜਨਮ ਦੀ ਗੱਲ ਕੀਤੀ ਹੈ, ਦੂਸਰੀ ਜਨਮ ਦੇ ਬਾਅਦ ਦੀ ਗੱਲ ਕੀਤੀ। ਮਾਤ ਗਰਭ ਮੇ ਆਪਣ ਸਿਮਰਨ ਦੇ, ਜਦੋਂ ਮਨੁੱਖ ਜਨਮ ਲੈਂਦਾ ਹੈ, ਤੁਸੀਂ ਪੜ੍ਹਿਆ ਹੋਵੇਗਾ ਇੱਕ ਬਿੰਦੂ ਜਿਹੜਾ ਸਰੋਂ ਦੇ ਦਾਣੇ ਤੋਂ ਵੀ ਛੋਟਾ, ਸਰੋਂ ਦਾ ਦਾਣਾ ਤਾਂ ਬਹੁਤ ਵੱਡਾ ਹੈ। ਕਹਿੰਦੇ ਹਨ ਕਿ ਖੁਰਦਬੀਨ ਦੇ ਵੇਖਣ ਵਾਲਾ ਕੀੜਾ ਛੋਟਾ ਕਿਰਮ, ਮੈਂ ਕਿਹਾ ਜਾਣੂ ਕਿਰਮ ਜਨਤ ਵੱਡੀ ਦੇਰ ਵਡਿਆਈ, ਕੌਣ ਕਿਰਪਾ ਤੇ ਮਨੁੱਖ ਕਰਿਆ ਦਿਓ ਦਰਸਰ ਰਾਇਆ। ਤੂੰ ਮੈਨੂੰ ਉਸ ਅੰਡਕੋਸ਼ ਜਿਹੜਾ ਘੁੰਮਦਾ ਘੁੰਮਦਾ ਗੋਲ ਬਾਂਟੇ ਵਾਂਗੂ, ਉਹਦੇ 'ਤੇ ਮੈਂ ਬੈਠ ਗਿਆ, ਉਹ ਘੁੰਮਦਾ ਘੁੰਮਦਾ ਖਿਸਕਦਾ ਖਿਸਕਦਾ ਮੈਨੂੰ ਅੰਦਰ ਉਸ ਜਗ੍ਹਾ 'ਤੇ ਲੈ ਗਿਆ ਜਿੱਥੇ ਉਹਨੂੰ ਔਲ ਕਹਿੰਦੇ ਨੇ, ਔਲ ਜਿਹਦੇ 'ਤੇ ਬੱਚੇ ਦਾ ਪਹਿਲਾਂ ਸਿਰ ਬਣਦਾ, ਦਿਮਾਗ ਬਣਦਾ, ਉਹਦੇ ਬਾਅਦ ਫਿਰ ਉਹਦਾ ਕੰਨ ਨੱਕ ਜਿਹੜਾ ਉੱਪਰ ਨੂੰ ਬਣਦਾ ਬਣਦਾ ਪੈਰ 9 ਮਹੀਨੇ ਤੱਕ ਬਣ ਜਾਂਦੇ। ਤੁਸੀਂ ਅੰਡਕੋਸ਼ ਪੜ੍ਹਿਆ ਹੋਵੇਗਾ, ਕਿਤੇ ਪੜ੍ਹਿਆ ਨੇ ਮੌਕਾ ਮਿਲੇਗਾ, ਬੜਾ ਲੰਮਾ ਅਭਿਆਸ ਹੈ। ਇਸ ਕਰਕੇ ਜਦੋਂ ਤੂੰ 709 ਅੰਗ 'ਤੇ ਮਹਾਰਾਜ ਨੇ ਇਹ ਪਹਿਲੇ ਪਤੇ ਦੀ ਘਰ ਪਹਿਲੇ ਵਿੱਚ ਲਿਖਿਆ ਹੈ ਕਿ ਭਾਏ ਬੁਲੰਦਰੀ ਬੁੱਝ ਗਈ, ਉਸ ਜਗ੍ਹਾ ਜਿੱਥੇ ਉਹ ਰਿੜਦਾ ਰਿੜਦਾ ਉਹ ਅੰਦਰ ਆਪਣੀ ਟਿਕਾਣੇ 'ਤੇ ਜਨਮ ਵਾਲੀ ਜਗ੍ਹਾ 'ਤੇ ਜਿੱਥੇ ਪਾਲਣ ਪੋਸ਼ਣ ਹੋਣਾ ਸੀ, ਜਿੱਥੇ ਅਕਾਲ ਪੁਰਖ ਉਹਦੇ ਵਿੱਚ ਮਨ ਆਤਮਾ ਅਤੇ ਪਰਮਾਤਮਾ 3 ਗੰਢਾਂ ਨੇ। ਜਿਸ ਤਰ੍ਹਾਂ ਹੁਣ ਗੁਰੂ ਪ੍ਰਕਾਸ਼ ਹੈ, ਲਾਈਟ ਹੈ ਅਤੇ ਚੋਰ ਹੈ, ਇਹ 3 ਚੀਜ਼ਾਂ, ਲਾਈਟ ਤੋਂ ਬਗੈਰ ਦਿਖਦਾ ਨਹੀਂ ਅਤੇ ਚੋਰ ਤੋਂ ਬਿਨਾਂ ਸਤਿਕਾਰ ਨਹੀਂ ਹੋ ਸਕਦਾ। ਇਹ ਪਾਲਣ ਪੋਸ਼ਣ ਬਹੁਤ ਉੱਚਾ ਹੈ ਪਰਮਾਤਮਾ ਦਾ, ਪਰ ਬਾਹਰ ਆ ਕੇ ਬੰਦਾ ਕੀ ਕਰਦਾ ਹੈ, ਇਹ ਤਾਂ ਕਰਤਾਰਪੁਰ ਮੇਰਾ ਹੈ, ਜ਼ਮੀਨ ਮੇਰੀ ਹੈ। ਅਤੇ ਗੁਰੂ ਸਾਹਿਬ ਨੇ ਆਖਿਆ, ਗੁਰੂ ਨਾਨਕ ਨੇ, ਭਾਈ ਕਰਤਾਪੁਰ ਕਰਤਾਰਪੁਰ ਵਸੇ ਸੰਤਨ ਕੇ ਪਾਸ, ਇਹ ਤਾਂ ਕਰਤਾਰ ਦੀ ਹੈ ਭਾਈ, ਤੂੰ ਤਾਂ ਅੰਦਰ, ਤੈਨੂੰ ਤਾਂ ਪਾਲਿਆ ਸੀ ਉੱਥੇ ਪਰਮਾਤਮਾ ਨੇ ਪਾਲਿਆ, ਤੂੰ ਇੱਥੇ ਆ ਕੇ ਮਾਲਕ ਬਣ ਗਿਆ, ਇੱਥੇ ਆ ਕੇ ਤੂੰ ਬਲੀ ਕੰਧਾਰੀ ਬਣ ਗਿਆ, ਪਾਣੀ ਦਾ ਮਾਲਕ ਬਣ ਗਿਆ। ਕਹਿੰਦੇ ਨੇ ਅਸੀਂ ਰਾਜਿਆਂ ਦੀ ਸਿਫਤ ਨਹੀਂ ਕਰਦੇ, ਅਸੀਂ ਤਾਂ ਅਕਾਲ ਪੁਰਖ ਦੀ ਸਿਫਤ ਕਰ ਰਹੇ ਹਾਂ। ਭਾਏ ਬੁਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਉੱਥੇ ਜਿੰਨੀ ਸੇਕ ਦੀ ਲੋੜ ਸੀ ਉਹਨਾਂ ਬਜਾਉਂਦਾ ਗਿਆ, ਜਿੰਨੀ ਲੋੜ ਸੀ ਉਸ ਕਿਰਮ ਨੂੰ ਉਹਨੇ ਸੇਕ ਦੇ ਵਿੱਚ ਉਹਨੂੰ ਕਾਇਮ ਰੱਖਿਆ। ਜਿਵੇਂ ਬੱਚੇ ਕਈ ਸਤਮਾਏ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਬਿਜਲੀ ਦੇ ਵਿੱਚ ਇੱਕ ਛੋਟੇ ਜਿਹੇ ਆਕਾਰ ਦੇ ਮਤਲਬ ਛੋਟੇ ਜਿਹੇ ਡੱਬੇ ਦੇ ਵਿੱਚ ਰੱਖ ਕੇ ਉਹਨਾਂ ਨੂੰ ਬਿਜਲੀ ਦਾ ਸੇਕ ਦੇ ਕੇ ਉਹਨਾਂ ਨੂੰ ਕਾਇਮ ਰੱਖਦੇ ਨੇ। ਇਸੇ ਤਰ੍ਹਾਂ ਅੰਦਰ ਸੇਕ ਦੀ ਵੀ ਲੋੜ ਹੈ, ਕਿਉਂਕਿ 5 ਅਗਨੀ ਕਾ ਭੂਤਕ ਸਰੀਰ ਬਣਨਾ, ਉਹਨੂੰ ਸਾਰੀਆਂ ਚੀਜ਼ਾਂ ਉੱਥੇ ਚਾਹੀਦੀਆਂ ਹੁੰਦੀਆਂ, ਉਹ ਪਰਮਾਤਮਾ ਨੇ ਉੱਥੇ ਕਾਇਮ ਰੱਖੀਆਂ ਨੇ। ਇਸ ਕਰਕੇ ਰਖੰਦੜੋ ਪ੍ਰਭਾਵ ਜਿਹਨੂੰ ਪਾਈ ਉਮੀਦ ਨਹੀਂ, ਨਾਨਕ ਸੋ ਪ੍ਰਭ ਜਪ, ਜਿਹਨੇ ਮੈਨੂੰ ਉੱਥੇ ਰੱਖ ਕੇ, ਸੋ ਦਮਤ ਪਰਮਾਤਮਾ, ਮੈਂ ਉਹਦਾ ਹੀ ਜਾਪ ਕਰ ਰਿਹਾ, ਉਹਦਾ ਹੀ ਧਿਆਨ ਕਰਦਾ, ਉਹਦੀ ਸੰਗਤ ਕਰਦਾ, ਉਹਦਾ ਕੰਨਾਂ ਨਾਲ ਨਾਮ ਸੁਣਨਾ, ਉਹਦਾ ਮੁੱਖ ਨਾਲ ਬੋਲਣਾ। ਮਾਤ ਗਰਭ ਮੇ ਆਪਣ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ, ਉੱਥੇ ਤੈਨੂੰ ਰੱਖਿਆ ਪਾਵਕ ਸਾਗਰ ਥਾ ਲਹਿਰ ਮੇ ਤਾਰੋ ਤਾਰਨ ਹਾਰੇ, ਉੱਥੇ ਬਹੁਤ ਵੱਡਾ ਪਾਣੀ ਦਾ ਬਹੁਤ ਵੱਡਾ ਇੱਕ ਪਖਾਨਾ ਸੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬਹੁਤ ਵੱਡਾ, ਉਹਦੇ ਵਿੱਚ ਮੈਂ ਘੁੰਮਦਾ ਰਿਹਾ, ਉਹਦੇ ਵਿੱਚ ਮੇਰੇ ਚੱਕਰ ਕੱਟਦਾ ਰਿਹਾ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ, ਮਾਧੋ ਤੂੰ ਠਾਕਰ ਸਿਰ ਮੋਰਾ, ਤੂੰ ਪਰਮਾਤਮਾ ਸੀ ਅਤੇ ਸਿਰ ਮੇਰਾ ਥੱਲੇ ਸੀ, ਮੈਂ 9 ਮਹੀਨੇ ਤੇਰਾ ਹੁਕਮ ਦੇ ਵਿੱਚ ਤੈਨੂੰ ਮੈਂ ਯਾਦ ਕੀਤਾ, ਅੰਗੂਠਾ ਲਾ ਕੇ ਆਇਆ ਸੀ ਤੈਨੂੰ ਯਾਦ ਕਰਾਂਗਾ, ਪਰ ਇੱਥੇ ਆ ਕੇ ਇੱਥੇ ਮੈਨੂੰ ਮਾਂ ਨੇ ਚੁੱਕਿਆ ਅਤੇ ਮੈਂ ਮਾਂ ਦਾ ਬਣ ਗਿਆ, ਮੈਨੂੰ ਪਿਤਾ ਨੇ ਚੁੱਕਿਆ ਮੈਂ ਪਿਤਾ ਦਾ ਬਣ ਗਿਆ, ਮੈਨੂੰ ਭੈਣ ਭਰਾ ਨੇ ਚੁੱਕਿਆ ਮੈਂ ਉਹਨਾਂ ਦਾ ਬਣ ਗਿਆ। ਕਹਿੰਦੇ ਨੇ ਫਿਰ ਜਦੋਂ ਬੱਚਿਆਂ ਦੇ ਨਾਲ ਖੇਡਣ ਲੱਗਾ ਮੈਂ ਉਹਨਾਂ ਦਾ ਬਣ ਗਿਆ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਿਆ ਤੁਹਾਨੂੰ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਤੀਜੇ ਪਿਆਰੋ ਪੰਨੀ ਖੇਡ, ਚੌਥੇ ਖਾਣ ਪੀਣ ਕੀ,
ताद पंजमे खावण कामना पूछे जाद, सतमे संज किया करवास, अठमे क्रोध होआ तन नास, तौने नौवे तौले उपे सा, दसवां दद्दा हो सिया। इन्नी क मंजिल है कि जेड़ा बंदा अपना माण करता फिरदा लोधले दा। गुरु साहब ने आख्या रौ दे कि कीते को मेरे समाने, जो मेरे ते तू परपकार कीते ने, जो मेरे ते तू बख्शिश कीती है, मेरी अखा कन्न नक् बनाए जिन्हां नाल मैं वेख रहा, जे तू ना बनांदा कित्थों वेखदा, जे मूँह ना बनांदा बोलदा किवें, जे मेरा दिमाग ना आंदा सुनदा किवें, कन्न ना बनांदा, ये सारा कोई तू मैनू जोड़ के मैनू बनाया है। इस कर कीते को मेरे समाने करन हर तरह जाने, तेरे दिते हुए नू मैं कदे भुल नहीं सकदा, पर तू दाता है मंगन को सगली, सारे तेरे को जिया जंत मंगते रिजक मंगते ने, सगली दान दे भाने, तू जिमें का कोई मनोरथ मंगता सो मनोरथ पूरा करता है। इस करके खिन में अवर खिने में अवरा चलत तलत मारे, कहना खिण में तू बंदे राजा बना देना, खिण में तू बंदे अफसर बना देना, खिण तू बेड़ी का चप्पू रोड़ के दरिया च रोड़ भी देना। रूड़ो गूड़ो गैर गमीरो उच्चा गमा पारे, तू बहुत उच्चा तो महान है, तेरा एडा वड्डा तख्त है जिते तू सारयां नूं देख रहे। इस करके मैं जदों तेरे दर ते आउना, तेरे दरबार च आउना, साध संग जो तुम्हें मलायो, तो सुनी तुम्हारी बाणी, ये बाणी दे रहे मैनूं पता लगता कि मैं किवें जन्मया, मैं किवें संसार च आया, तो मैं किवें अपना जीवन सीधा करके मैं किवें जाना। आनंद पिया पेकती नानक प्रताप पुरख निर्वाणी, ये सब तो वड्डी दात उदों मिलती है जदों मनुख गुरु नाल जुड़ के गुरु का सिमरन करता है। इस करके अंदर दे सारे मुसाम खुल जाते हैं, तो मनुख नूं लोह हो जाते। वाहेगुरु जी का एक ओंकार, सतनाम करता पुरख निरभउ निरवैर अकाल मूरत अजूनी साहिबहंग गुर प्रसाद जप आदि। एक ओंकार आदि सच जुगाद सच है भी सच नानक होसी भी सच। वाहे गुरु वाहे गुरु वाहे गुरु वाहे गुरु। वाहेगुरु जी का खालसा।